ਆ ਗਿਆ ਬਾਬੇ। ਸਤਿ ਸ੍ਰੀ ਅਕਾਲ ਦੋਸਤੋ, ਕੰਬੋਜ ਰੈਕਟਸ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਨ ਔਜਲਾ ਦੇ ਰਿਲੇਟਡ ਬਹੁਤ ਹੀ ਵੱਡੀਆਂ ਅਪਡੇਟਸ ਵੇਖਣ ਨੂੰ ਮਿਲਣਗੀਆਂ। ਇਸ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚਲੋ ਸ਼ੁਰੂ ਕਰਦੇ ਹਾਂ, ਗੱਲ ਕਰਦੇ ਹਾਂ ਆਪਣੀ ਪਹਿਲੀ ਅਪਡੇਟ ਦੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲਾ ਅਤੇ ਸਿੱਧੂ ਦੇ ਵਿੱਚ ਕੰਪੀਟੀਸ਼ਨ ਚੱਲਦਾ ਹੀ ਰਹਿੰਦਾ ਹੈ ਅਤੇ ਇਹ ਇੱਕ ਦੂਜੇ ਨੂੰ ਗਾਣਿਆਂ ਦੇ ਵਿੱਚ ਰਿਪਲਾਈ ਦਿੰਦੇ ਹੀ ਰਹਿੰਦੇ ਨੇ। ਅਤੇ ਉੱਦਾਂ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਦੀ ਸਿੱਧੂ ਦੇ ਵੱਲੋਂ ਆਪਣੀ ਐਲਬਮ ਰਿਲੀਜ਼ ਕੀਤੀ ਗਈ ਹੈ, ਉਦੋਂ ਤੋਂ ਹੀ ਸਿੱਧੂ ਦੇ ਉੱਤੇ ਕਾਪੀ ਦੇ ਇਲਜ਼ਾਮ ਲੱਗ ਰਹੇ ਨੇ। ਅਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਕੱਲ੍ਹ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਿੱਧੂ ਦੇ ਵੱਲੋਂ ਆਪਣੇ ਗਾਣੇ ਦੇ ਵਿੱਚ ਕਰਨ ਔਜਲਾ ਦੇ ਇੱਕ ਗਾਣੇ ਦਾ ਮਿਊਜ਼ਿਕ ਕਾਪੀ ਕੀਤਾ ਗਿਆ ਹੈ, ਜਿਸ ਗਾਣੇ ਦਾ ਨਾਮ ਹੈ ਡਾਰਕ ਸਰਕਲ। ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਸਿੱਧੂ ਦੇ ਵੱਲੋਂ ਅਨਫਕਵੀਦੇਬਲ ਗਾਣੇ ਦੇ ਵਿੱਚ ਇੱਕ ਲਾਈਨ ਕਾਪੀ ਕੀਤੀ ਗਈ ਹੈ। ਤਾਂ ਇਹ ਲਾਈਨ ਕਰਨ ਔਜਲਾ ਦੇ ਹੀ ਹਾਂ ਹੈ ਗਿਆ ਗਾਣੇ ਦੀ ਹੈ। ਆਪਾਂ ਤੁਹਾਨੂੰ ਇਹ ਵੀਡੀਓ ਨਹੀਂ ਦਿਖਾ ਸਕਦੇ, ਇੰਸਟਾਗ੍ਰਾਮ ਦੇ ਉੱਤੇ ਇਸ ਵੀਡੀਓ ਦੀ ਸਟੋਰੀ ਪਾ ਦਿੱਤੀ ਗਈ ਹੈ, ਉੱਥੇ ਜਾ ਕੇ ਤੁਸੀਂ ਇਸ ਵੀਡੀਓ ਨੂੰ ਵੇਖ ਸਕਦੇ ਜੋ। ਬਾਕੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਗੱਲ ਕਰਦੇ ਹਾਂ ਆਪਣੀ ਦੂਜੀ ਅਤੇ ਲਾਸਟ ਅਪਡੇਟ ਦੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਸਿੱਧੂ ਦੇ ਵੱਲੋਂ ਆਪਣੀ ਐਲਬਮ ਦੇ ਵਿੱਚੋਂ ਇੱਕ ਗਾਣਾ ਰਿਲੀਜ਼ ਕੀਤਾ ਗਿਆ ਸੀ, ਜਿਸ ਗਾਣੇ ਦਾ ਨਾਮ ਸੀ ਵਿੱਚ ਆਈ ਐਮ ਬੈਕ। ਇਸ ਗਾਣੇ ਦੇ ਵਿੱਚ ਹੇਟਰਾਂ ਨੂੰ ਸਿੱਧੂ ਦੇ ਵੱਲੋਂ ਬਹੁਤ ਹੀ ਵੱਡੇ ਵੱਡੇ ਰਿਪਲਾਈ ਦਿੱਤੇ ਗਏ ਸੀ। ਹੁਣ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਾਣਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਗਾਣੇ ਦੇ ਵਿੱਚ ਸਿੱਧਾ ਹੀ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਗਿਆ ਹੈ। ਅਤੇ ਕਈ ਲੋਕ ਸਾਨੂੰ ਪੁੱਛ ਰਹੇ ਸੀ ਕਿ ਇਹ ਗਾਣਾ ਕਿਹੜੇ ਸਿੰਗਰ ਦੇ ਵੱਲੋਂ ਬੋਲਿਆ ਗਿਆ ਹੈ ਅਤੇ ਇਸ ਗਾਣੇ ਦਾ ਕੀ ਨਾਮ ਹੈ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਇਸ ਗਾਣੇ ਦਾ ਨਾਮ ਹੈ ਟੇਪ ਰਿਪਲਾਈ ਅਤੇ ਇਹ ਗਾਣਾ ਗਗਨ ਦਰੋਲੀ ਦੇ ਵੱਲੋਂ ਬੋਲਿਆ ਗਿਆ ਹੈ। ਅਤੇ ਤੁਸੀਂ ਵੀ ਇਸ ਗਾਣੇ ਨੂੰ ਸਰਚ ਕਰਕੇ ਸੁਣ ਸਕਦੇ ਜੋ। ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ। ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਜਿੰਨਾ ਹੋ ਸਕੇ। ਇੰਸਟਾਗ੍ਰਾਮ 'ਤੇ ਵੀ ਤੁਸੀਂ ਸਾਨੂੰ ਜਾ ਕੇ ਫੋਲੋ ਕਰ ਸਕਦੇ ਜੋ, ਆਈਡੀ ਤੁਹਾਨੂੰ ਸਕਰੀਨ 'ਤੇ ਦਿੱਤੀ ਹੋਵੇਗੀ combo.rackets। ਅਤੇ ਇੱਦਾਂ ਦੀਆਂ ਹੀ ਹੋਰ ਅਪਡੇਟਸ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਚੰਗਾ, ਚੱਲਦੇ ਹਾਂ, ਥੈਂਕ ਯੂ।